ਉਹ ਰਮਣਾ ਗੰਦੀ ਜੀ ਚੀਜ਼ ਕਿਸੂੰ ਕੀ ਜਾਂਦੀ ਆ? ਤੁਸੀਂ ਤਾਂ ਗਲਤੀ ਸਮਝ ਗਏ ਜੀ, ਇਹ ਤਾਂ ਗੁਣਾ ਦੀ ਗੁਥਲੀ ਆ। ਗੁਣਾ ਦੀ ਗੁਥਲੀ? ਮੈਨੂੰ ਤਾਂ ਕੁਛ ਹੋਰ ਹੀ ਲੱਗਦਾ ਇਹ। ਨਹੀਂ ਨਹੀਂ ਜੀ, ਇਹਨੂੰ ਕਹਿੰਦੇ ਨੇ ਜੀ ਜਟਾ ਮਾਸੀ। ਜਟਾ ਮਾਸੀ? ਹਾਂਜੀ, ਅੱਜ ਆਪਾਂ ਬਣਾਉਣ ਲੱਗੇ ਸੀ ਜੀ ਤੇਲ, ਇੱਕ ਜੜੀ ਬੂਟੀ ਆ ਜੀ। ਹੁਣ ਜਿਵੇਂ ਛੋਟੀ ਏਜ ਬੱਚਿਆਂ ਦੇ ਜਿਹੜੇ ਵਾਲ ਉਹ ਚਿੱਟੇ ਆ ਜਾਂਦੇ ਨੇ ਜੀ, ਜਿਵੇਂ 30 ਸਾਲ ਤੋਂ ਹੇਠਾਂ ਨੇ ਉਹਨਾਂ ਦੇ ਵੀ ਜਿਵੇਂ ਵਾਲ ਚਿੱਟੇ ਨੇ, ਜੋ ਉੱਪਰ ਵੀ ਉਹ ਇਸ ਤੇਲ ਨੂੰ ਲਗਾ ਸਕਦੇ ਨੇ, ਜਿਹੜੇ ਵਾਲ ਉਹ ਹੌਲੀ ਹੌਲੀ ਕਾਲੇ ਹੋ ਜਾਂਦੇ ਨੇ। ਹੁਣ ਜਿਨ੍ਹਾਂ ਦੀ ਏਜ ਹੀ ਹੋ ਗਈ ਜੀ ਵਾਲ, ਉਹ ਤਾਂ ਚਿੱਟੇ ਆਉਣੀ, ਉਹ ਤਾਂ ਇੱਕ ਕੁਦਰਤੀ ਗੱਲ ਹੈ। ਪਰ ਜਿਨ੍ਹਾਂ ਦੇ ਏਜ ਤੋਂ ਪਹਿਲਾਂ ਹੀ, ਉਮਰ ਤੋਂ ਪਹਿਲਾਂ ਹੀ ਜਿਹੜੇ ਵਾਲ ਚਿੱਟੇ ਹੋ ਜਾਂਦੇ ਨੇ, ਉਹ ਇਸ ਚੀਜ਼ ਨਾਲ ਬਹੁਤ ਹੀ ਜ਼ਿਆਦਾ ਫਰਕ ਮਹਿਸੂਸ ਹੋ ਜੀ ਉਹਨਾਂ ਨੂੰ, ਮਤਲਬ ਹੌਲੀ ਹੌਲੀ ਕਾਲੇ ਹੋਣੇ ਸਟਾਰਟ ਹੋ ਜਾਣਗੇ ਅਤੇ ਜਿਹੜੇ ਆ ਰਹੇ ਨੇ ਉਹ ਵੀ ਰੁਕ ਜਾਣਗੇ ਜੀ। ਠੀਕ ਹੈ ਜੀ, ਇਹ ਜਟਾ ਮਾਸੀ ਆ ਅਤੇ ਜਟਾਂ ਵਰਗੇ ਵਾਲ ਬਣਾ ਦਿੰਦੇ ਆ, ਮਤਲਬ ਪੂਰੇ ਕਰ। ਹਾਂਜੀ, ਜੱਟ ਵਰਗੀ ਹੁੰਦੀ ਹੈ ਜੀ। ਤੇ ਇਹ ਆਪਾਂ ਲਈਏ ਜੀ 25 ਗ੍ਰਾਮ ਜਟਾ ਮਾਸੀ, ਠੀਕ ਹੈ, ਆਪਾਂ ਨੂੰ ਪੰਸਾਰੀ ਤੋਂ ਮਿਲੀ ਜਾਣੀ ਹੈ ਜੜੀਆਂ ਬੂਟੀਆਂ। ਤੇ ਆਹ ਆਪਾਂ ਲਈਏ ਜੀ ਬ੍ਰਿੰਗਰਾਜ, ਇਹ ਬ੍ਰਿੰਗਰਾਜ ਆ ਗਿਆ, ਇਹ ਬ੍ਰਿੰਗਰਾਜ ਆ ਗਿਆ ਜੀ। ਇਹ ਵੀ ਆਪਾਂ ਲਿਆ ਗਾ 20 ਗ੍ਰਾਮ, ਠੀਕ ਹੈ, ਜਟਾ ਮਾਸੀ 20 ਗ੍ਰਾਮ। 25 ਗ੍ਰਾਮ ਆਪਾਂ ਲਏ ਨੇ ਜੀ ਸੁੱਕੇ ਔਲੇ, ਠੀਕ ਹੈ ਜੀ। 25 ਗ੍ਰਾਮ ਹੀ ਆਪਾਂ ਲਏ ਨੇ ਜੀ ਸੁੱਕੇ ਮੇਥੇ, ਠੀਕ ਹੈ ਜੀ। 25 ਗ੍ਰਾਮ ਸੁੱਕੇ ਮੇਥੇ? ਹਾਂਜੀ, ਜਿਹੜੇ ਸੁੱਕੇ ਮੇਥੇ ਨੇ ਜੀ, ਇਹ ਆਪਣੇ ਜਿਹੜੇ ਵਾਲਾਂ ਦਾ ਕਲਰ ਆ ਉਵੇਂ ਦਾ ਉਵੇਂ ਰੱਖਦੇ ਨੇ, ਬਹੁਤ ਫਰਕ ਮਹਿਸੂਸ ਹੋਊਗਾ ਜੀ ਸੁੱਕੇ ਮੇਥਿਆਂ ਨਾਲ। ਅਤੇ ਆਮਲਾ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਵਾਲ ਕਾਲੇ ਕਰਨ ਵਿੱਚ ਕਿੰਨਾ ਵਧੀਆ ਰੋਲ ਅਦਾ ਕਰਦਾ ਹੈ। ਇਹ ਆਪਾਂ ਖਾ ਵੀ ਸਕਦੇ ਜਿਵੇਂ ਕੈਂਡੀ ਹੋ ਗਈ, ਜਾਂ ਮੁਰੱਬਾ ਹੋ ਗਿਆ, ਜਾਂ ਇਹਦਾ ਜੂਸ ਹੋ ਗਿਆ ਜੀ, ਅਤੇ ਜਾਂ ਇਹਦਾ ਪਾਊਡਰ ਵੀ ਆਪਾਂ ਲੈ ਸਕਦੇ ਹਾਂ, ਜਿਵੇਂ ਤ੍ਰਿਫਲਾ ਚੂਰਨ ਬਣਾ ਕੇ ਲੈ ਸਕਦੇ, ਆਪਣਾ ਪੇਟ ਵੀ ਸਾਫ਼ ਹੋਊਗਾ ਅਤੇ ਆਪਣੇ ਜਿਹੜੇ ਵਾਲ ਉਹ ਵੀ ਕਾਲੇ ਰਹਿਣਗੇ। ਇਹ ਤਾਂ ਰਮਨ ਤੂੰ ਸਾਰੀਆਂ ਚੀਜ਼ਾਂ ਕੱਬੀ ਰਵੇ, ਸਾਰੀਆਂ ਚੀਜ਼ਾਂ ਕੱਬੀਆਂ ਰੱਖੀ ਬੈਠੀਆਂ ਕਿ ਆਹ ਖਾਸ ਕਰਕੇ ਆਹ, ਹੈ ਨਾ? ਹਾਂਜੀ ਹਾਂਜੀ, ਇਹਨਾਂ ਦਾ ਵੀ ਬਹੁਤ ਵਧੀਆ ਰੋਲ ਆ। ਇੱਕ ਵਾਰ ਤੁਹਾਨੂੰ ਯਾਦ, ਆਪਾਂ ਤੇਲ ਬਣਾਇਆ ਸੀ ਇਕੱਲੇ ਬ੍ਰਿੰਗਰਾਜ ਦੇ ਵਿੱਚ ਪਾ ਕੇ ਰੱਖਿਆ ਸੀਗਾ ਤੇਲ ਦੇ ਵਿੱਚ, ਉਹ ਤਾਂ ਬਹੁਤ, ਹਾਂਜੀ ਬਹੁਤ ਵਧੀਆ, ਮਤਲਬ ਉਹਦੇ ਨਾਲ ਵਾਲਾਂ ਦੀ ਲੈਂਥ ਵੀ ਵਧੀ ਸੀ ਅਤੇ ਵਾਲ ਜਿਹੜੇ ਬਹੁਤ ਜ਼ਿਆਦਾ ਸਿਲਕੀ ਅਤੇ ਸਮੂਥ ਜਿਹੇ ਹੋ ਗਏ ਸੀ। ਹਾਂਜੀ, ਚਲੋ ਫਿਰ ਬਣਾ ਕੇ ਹੁਣ ਅੱਜ ਆਪਾਂ ਬਣਾਉਣ ਲੱਗੇ ਵੀ ਜਿਹੜੇ ਵਾਲ, ਜਿਵੇਂ ਬਹੁਤ ਸਾਰੇ ਕਮੈਂਟ ਵੀ ਆਉਂਦੇ ਸੀਗੇ ਵੀ ਜਿਵੇਂ ਛੋਟੀ ਏਜ ਬੱਚਿਆਂ ਦੇ ਜਿਹੜੇ ਵਾਲ ਉਹ ਚਿੱਟੇ ਹੋ ਜਾਂਦੇ ਨੇਗੇ, ਤਾਂ ਆਪਾਂ ਇਹ ਤੇਲ ਬਣਾ ਕੇ ਲਗਾ ਸਕਦੇ ਹਾਂ। ਨਾਲੇ ਚਲੋ ਆਪਣਾ ਪਰਿਵਾਰ ਯੂਜ਼ ਕਰ ਲਓ ਸਾਰਾ, ਅਤੇ ਨਾਲੇ ਆਪਾਂ ਯੂਜ਼ ਕਰ ਲਾਂਗੇ ਅਤੇ ਨਾਲੇ ਆਪਣੇ ਦੋਸਤਾਂ ਨੂੰ ਦੱਸ ਦਾਂਗੇ ਜੀ। ਹਾਂਜੀ, ਫਿਰ ਹੁਣ ਕਰਨਾ ਕੀ ਆ? ਇਹਨੂੰ ਬਸ ਬਰੀਕ ਬਰੀਕ ਕਰ ਲੈਣਾ ਜੀ। ਠੀਕ ਹੈ ਜੀ, ਮਤਲਬ ਕੋਈ ਕੁੰਡੀ ਹੋਵੇ ਤਾਂ ਉਹਦੇ ਵਿੱਚ ਕੁੱਟ ਲੈਣਾ, ਅਤੇ ਨਹੀਂ ਆਪਾਂ ਇਹਨੂੰ ਐਵੇਂ ਬਰੀਕ ਬਰੀਕ ਕਰਕੇ, ਕੱਚ ਦਾ ਭਾਂਡਾ ਹੋਵੇ ਜੀ ਕੋਈ ਵੀ, ਹਾਂ ਮੈਂ ਕੱਚ ਦਾ ਲਿਆ ਹੋਇਆ ਜੀ ਡੱਬਾ, ਅਤੇ ਇਹਦੇ ਵਿੱਚ ਆਪਾਂ ਇਹਨੂੰ ਪਾ ਲਾਂਗੇ ਜੀ। ਠੀਕ ਹੈ ਜੀ, ਭ੍ਰਿੰਗਰਾਜ ਨੂੰ? ਹਾਂਜੀ ਠੀਕ ਹੈ, ਇਹਨੂੰ ਭ੍ਰਿੰਗਰਾਜ ਨੂੰ ਮਤਲਬ ਬਰੀਕ ਬਰੀਕ ਕਰਕੇ ਆਪਾਂ ਇਹਦੇ 'ਚ ਪਾ ਲੈਣਾ, ਤੋੜ ਕੇ ਜੇ ਪਾ ਲੈਣਾ ਜੀ ਪੱਤੇ ਪੁੱਤੇ ਜੇ, ਵਿਚੜੇ ਜਿਹੜੇ ਡਾਣੀਆਂ ਨੇਗੀਆਂ ਸਾਰਾ ਕੁਛ ਵਿੱਚ ਪਾਉਣਾ ਜੀ ਆਪਾਂ। ਅਤੇ ਤੇਲ ਆਪਣੇ ਕੋਲ ਵਧੀਆ ਹੋਣਾ ਚਾਹੀਦਾ ਜੀ। ਮੈਂ ਲਿਆ ਜੀ ਇੱਕ ਸਰੋਂ ਦਾ, ਅਤੇ ਇੱਕ ਲਿਆ ਜੀ ਆਪਾਂ ਕੋਕੋਨਟ, ਠੀਕ ਹੈ, ਮਤਲਬ ਨਾਰੀਅਲ ਦਾ, ਇਹ ਕਢਵਾਇਆ ਹੋਇਆ ਜੀ, ਵਧੀਆ ਪਿਓਰ ਤੇਲ ਆ ਜੀ। ਅਤੇ ਸਰੋਂ ਦਾ ਤੇਲ ਵੀ ਆਪਣੇ ਘਰ ਸਰੋਂ ਪਈ ਸੀ, ਉਹ ਕਢਵਾਇਆ ਹੋਇਆ ਗਾ। ਕੋਈ ਦੂਜਾ ਤੁਸੀਂ ਬ੍ਰਾਂਡ ਵਾਲਾ ਜਾਂ ਆਪਾਂ ਕੋਈ ਵੀ ਆਪਾਂ ਲੈ ਆਉਂਦੇ ਹਾਂਗੇ ਸੀਸੀਆਂ ਵਾਲਾ, ਉਹ ਨਹੀਂ ਪਾਉਣਾ ਜੀ। ਠੀਕ ਹੈ ਜੀ, ਅਤੇ ਲਓ ਜੀ ਆਪਾਂ ਇਹਦੇ ਵਿੱਚ ਸਾਰੇ ਬ੍ਰਿੰਗਰਾਜ ਨੂੰ ਪਾ ਲਿਆ। ਇਹ ਆਪਾਂ ਲਿਆ ਸੀ 20 ਗ੍ਰਾਮ ਜੀ, ਤੇਲ ਵੀ ਦੱਸਾਂ ਵੀ ਕਿੰਨਾ ਕਿੰਨਾ ਲੈਣਾ ਆਪਾਂ, ਠੀਕ ਹੈ ਜੀ। ਅਤੇ ਆਪ ਜਿਹੜੀ ਜਟਾ ਮਾਸੀ ਆ, ਇਹਨੂੰ ਵੀ ਸਾਰੀ ਨੂੰ ਆਪਾਂ ਖੋਲ ਖੋਲ ਕੇ ਇਹਦੇ ਵਿੱਚ ਪਾ ਲਾਂਗੇ ਜੀ। ਠੀਕ ਹੈ ਜੀ, ਇਸ ਪ੍ਰਕਾਰ ਲਓ ਜੀ ਬ੍ਰਿੰਗਰਾਜ ਅਤੇ ਜਟਾ ਮਾਸੀ ਤਾਂ ਆਪਾਂ ਇਹਦੇ ਵਿੱਚ ਪਾ ਲਈ ਐਂ ਬਰੀਕ ਬਰੀਕ ਕਰਕੇ, ਠੀਕ ਹੈ ਜੀ। ਅਤੇ ਹੁਣ ਆਪਾਂ ਜਿਹੜੇ ਲਏ ਨੇ ਜੀ ਸੁੱਕੇ ਔਲੇ, ਇਹ ਵੀ ਆਪਾਂ ਹਲਕੇ ਹਲਕੇ ਕੁੱਟ ਕੇ, ਵੀ ਪਾਊਡਰ ਜਿਹਾ ਨਹੀਂ ਬਣਾਉਣਾ ਹੈਗਾ, ਮੋਟੇ ਮੋਟੇ ਜੀ ਦਰੜ ਫੜ ਜੀ ਕਰਕੇ ਇਹਨੂੰ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ। ਠੀਕ ਹੈ ਜੀ, ਦਰੜ ਫੜ ਕਰਕੇ ਇਹ ਵੀ ਵਿੱਚ ਪਾ ਲੈਣੇ, ਅਤੇ ਮੇਥੇ ਵੀ, ਸੁੱਕੇ ਮੇਥੇ ਵੀ ਹਾਲ ਬਸ ਥੋੜ੍ਹੇ ਜਿਹੇ ਕੁੱਟ ਲਾਂਗੇ ਜੀ। ਠੀਕ ਹੈ ਜੀ, ਬਸ ਮੋਟੇ ਮੋਟੇ ਜੇ ਕੁੱਟ ਲੈਣੇ ਆ, ਵਾਲਾ ਬਰੀਕ ਕਰਨ ਦੀ ਤਾਂ ਲੋੜ ਹੀ ਨਹੀਂ। ਹਾਂਜੀ, ਇਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ, ਨਾਲ ਹੀ ਸੁੱਕੇ ਮੇਥੇ ਵੀ ਕੁੱਟ ਲਾਂਗੇ, ਅਤੇ ਸਾਰੀਆਂ ਚੀਜ਼ਾਂ ਪਾ ਕੇ ਫਿਰ ਪਾਵਾਂਗੇ ਜੀ ਆਪਾਂ ਤੇਲ। ਠੀਕ ਹੈ ਜੀ, ਲਓ ਜੀ ਇਹ ਵੀ ਆਪਾਂ ਹਲਕੇ ਜੇ ਕੁੱਟ ਲਏ, ਠੀਕ ਹੈ ਜੀ, ਸੁੱਕੇ ਮੇਥੇ ਵੀ ਕੁੱਟ, ਇਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ। ਇਹ 25-25 ਗ੍ਰਾਮ ਸੀ, 25 ਗ੍ਰਾਮ ਸੁੱਕੇ ਔਲੇ ਅਤੇ 25 ਗ੍ਰਾਮ ਸੀਗੇ ਸੁੱਕੇ ਮੇਥੇ ਜੀ। ਠੀਕ ਹੈ ਜੀ, ਅਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 200 ml ਸਰੋਂ ਦਾ ਤੇਲ। ਸਰੋਂ ਦਾ ਤੇਲ 200 ml ਪਾਉਣਾ ਜੀ? ਹਾਂਜੀ, ਠੀਕ ਹੈ ਜੀ, ਸਰੋਂ ਦਾ ਤੇਲ ਐਵੇਂ ਹੀ ਪਾ ਦੇਣਾ ਇਹਦੇ ਵਿੱਚ, ਮਤਲਬ ਹਾਂਜੀ ਹਾਂਜੀ ਐਵੇਂ ਹੀ ਪਾਉਣਾ ਜੀ ਇਹ ਆਪਾਂ। ਠੀਕ ਹੈ ਜੀ, ਇਹ ਐਸ ਲੋਡ ਕਿਵੇਂ ਬਣੂਗਾ ਤੇਲ ਰੋਣਾ? ਬਣੂਗਾ ਜੀ, ਇਹ ਆਪਾਂ ਲਿਆ ਸੀ ਜੀ 200 ml ਵਧੀਆ ਪਿਓਰ ਕੱਚੀ ਕਹਾਣੀ ਦਾ ਤੇਲ। ਠੀਕ ਹੈ ਜੀ, ਅਤੇ ਆਪਾਂ ਪਾਵਾਂਗੇ ਜੀ 50 ਗ੍ਰਾਮ ਕੋਕੋਨਟ ਓਇਲ, ਮਤਲਬ ਖੋਪੇ ਦਾ ਤੇਲ। ਇਹ ਵੀ ਮੈਂ ਧੁੱਪੇ ਰੱਖਤਾ ਸੀ ਜੀ, ਪਿਘਲ ਗਿਆ। ਠੀਕ ਹੈ ਜੀ, 50 ਗ੍ਰਾਮ ਇਹ ਪਾ ਦੇ, 50 ਗ੍ਰਾਮ ਇਹ ਪਾ ਦਾਂਗੇ ਜੀ। ਅਤੇ ਇਹਨੂੰ ਆਪਾਂ ਰੋਜ਼ਾਨਾ 5-6 ਦਿਨ ਧੁੱਪੇ ਰੱਖਣਾ ਜੀ,
ਇਹ ਆਪਾਂ ਕੱਚ ਦੇ ਭਾਂਡੇ 'ਚ ਹੀ ਪਾਉਣਾ, ਹੋਰ ਕਿਸੇ ਵੀ ਭਾਂਡੇ 'ਚ ਨਹੀਂ ਪਾਉਣਾ ਇਹਨੂੰ। ਤੇ ਇਹਨੂੰ ਆਪਾਂ ਰੋਜ਼ਾਨਾ ਜਿਵੇਂ ਧੁੱਪ ਆ ਗਈ ਤਾਂ ਆਪਾਂ ਇਹਨੂੰ ਰੋਜ਼ਾਨਾ ਧੁੱਪੇ ਰੱਖ ਦੇਣਾ ਜੀ। ਠੀਕ ਹੈ ਜੀ, ਜਿਵੇਂ ਹੁਣ ਕਰੜੀ ਧੁੱਪ ਆ ਗਈ, ਧੁੱਪ 'ਚ ਰੱਖ ਦੇਣਾ। ਹਾਂਜੀ, ਤੇ ਇਹਨੂੰ ਹਲਾ ਵੀ ਦੇਣਾ ਜੀ, ਵੀ ਤਾਂ ਜੋ ਸਾਰੀਆਂ ਜੜੀਆਂ ਬੂਟੀਆਂ ਦਾ ਜਿਹੜਾ ਆਸਰਾ ਉਹ ਵਧੀਆ ਆ ਜੇ। ਹਾਂਜੀ, 100 ਗ੍ਰਾਮ ਆਪਾਂ 200 ਗ੍ਰਾਮ ਪਾਇਆ ਜੀ ਸਰੋਂ ਦਾ ਤੇਲ, 50 ਗ੍ਰਾਮ ਪਾਇਆ ਜੀ ਆਪਾਂ ਨਾਰੀਅਲ ਦਾ ਤੇਲ, ਦੂਜੀ ਆਪਾਂ ਸਾਰੀਆਂ ਜੜੀਆਂ ਬੂਟੀਆਂ ਪਾ ਕੇ ਤੇ ਇਹਨੂੰ ਆਪਾਂ ਰੋਜ਼ਾਨਾ ਧੁੱਪ ਲਵਾਉਣੀ ਆ 5 ਤੋਂ 7 ਦਿਨ। ਠੀਕ, ਉਸ ਤੋਂ ਬਾਅਦ ਆਪਾਂ ਦੱਸਾਂਗੇ ਵੀ ਇਹਦਾ ਕੀ ਕਰਨਾ ਹੈਗਾ, ਤੇ ਪਹਿਲਾਂ ਆਪਾਂ ਇਹਨੂੰ 5 ਤੋਂ 7 ਦਿਨ ਧੁੱਪੇ ਰੱਖਾਂਗੇ ਜੀ। ਠੀਕ ਹੈ ਜੀ। ਲਓ ਜੀ, ਆਪਾਂ 5 ਤੋਂ 7 ਦਿਨ ਇਹਨੂੰ ਧੁੱਪ ਲਵਾਤੀ ਸੀਗੀ, ਪ੍ਰੋਪਰ ਆਪਾਂ ਇਹਨੂੰ ਹਿਲਾਉਂਦੇ ਰਹੇ ਤਾਂ ਜੋ ਜਿਹੜੀਆਂ ਸਾਰੀਆਂ ਆਪਾਂ ਇਹਦੇ ਵਿੱਚ ਜੜੀ ਬੂਟੀਆਂ ਪਾਈਆਂ ਨੇ ਉਹਦਾ ਅਸਰ ਜਿਹੜਾ ਪ੍ਰੋਪਰ ਉਹ ਤੇਲ ਵਿੱਚ ਆ ਸਕੇ। ਤੇ ਹੁਣ ਆਪਾਂ ਲਈ ਹੈ ਜੀ ਲੋਹੇ ਦੀ ਕੜਾਹੀ। ਜੇ ਤੁਸੀਂ ਤੁਹਾਡੇ ਘਰ ਲੋਹੇ ਦੀ ਕੜਾਹੀ ਹੈਗੀ ਆ ਤਾਂ ਸਭ ਤੋਂ ਵਧੀਆ, ਨਹੀਂ ਤੁਸੀਂ ਹੋਰ ਵੀ ਕੋਈ ਲੈ ਸਕਦੇ, ਪਰ ਲੋਹੇ ਦੀ ਜਿਹੜੀ ਕੜਾਹੀ ਇਹਦੇ ਵਿੱਚ ਜਿਹੜਾ ਤੇਲ ਬਣਦਾ ਗਾ ਉਹਦੇ ਨਾਲ ਸਾਡੇ ਵਾਲਾਂ ਨੂੰ ਬਹੁਤ ਵਧੀਆ ਪੋਸ਼ਣ ਮਿਲਦਾ ਗਾ, ਵਾਲ ਆ ਜਿਹੜੇ ਉਹ ਕਾਲੇ ਹੁੰਦੇ ਨੇਗੇ ਤੇ ਆਪਣੇ ਜਿਹੜਾ ਵਾਲ ਆ ਉਹ ਬਹੁਤ ਹੀ ਜ਼ਿਆਦਾ ਖੁਸ਼ ਚਮਕਦਾਰ ਬਣਦੇ ਨੇ, ਮਤਲਬ ਬਹੁਤ ਵਧੀਆ ਤੇਲ ਤਿਆਰ ਹੁੰਦਾ ਜੀ। ਠੀਕ ਹੈ, ਇਧਰ ਆਪਾਂ ਇਹ ਰਮਣ ਮਤਲਬ ਸਾਰੇ ਅਰਕਾ ਜਿਹੜਾ ਆ ਗਿਆ ਆਪਣੇ ਜਿਹੜੀਆਂ ਜੜੀਆਂ ਬੂਟੀਆਂ ਪਾਈਆਂ ਸੀ ਆਪਾਂ, ਪ੍ਰਿੰਗਰਾਜ ਜਟਾ ਮਾਸੀ ਵਗੈਰਾ, ਪ੍ਰਿੰਗਰਾਜ ਪਾਇਆ ਸੀ ਜੀ, ਜਟਾ ਮਾਸੀ ਸੀ, ਸੁੱਕੇ ਔਲੇ ਤੇ ਮੇਥੇ। ਠੀਕ ਹੈ ਜੀ। ਤੇ ਹੁਣ ਆਪਾਂ ਸਾਰੇ ਸਮਾਨ ਨੂੰ ਲੋਹੇ ਦੀ ਕੜਾਹੀ ਵਿੱਚ ਪਾ ਦਾਂਗੇ ਤੇ ਨਾਲ ਹੀ ਜਿਹੜਾ ਤੇਲ ਸੀਗਾ ਸਰੋਂ ਦਾ ਨਾਰੀਅਲ ਦਾ ਉਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ। ਠੀਕ ਹੈ ਜੀ, ਤੇ ਇਹਨੂੰ ਸਾਰਾ ਮਟੀਰੀਅਲ ਆਪਾਂ ਵਿੱਚ ਹੀ ਪਾ ਲੈਣਾ ਮਤਲਬ। ਹਾਂਜੀ, ਤੇ ਇਹਨੂੰ ਬਿਲਕੁਲ ਆਪਾਂ ਲੋ ਫਲੇਮ ਤੇ ਰੱਖ ਕੇ ਹੀ 5 ਮਿੰਟ ਪਕਾਵਾਂਗੇ, ਜ਼ਿਆਦਾ ਨਹੀਂ ਪਕਾਉਣਾ। ਠੀਕ ਹੈ ਜੀ, ਪਹਿਲਾਂ ਮੈਨੂੰ ਕੱਢ ਲਾਂ ਜੀ ਸਾਰੇ ਨੂੰ। ਇਹਦਾ ਜੜੀਆਂ ਬੂਟੀਆਂ ਬਹੁਤ ਕੱਬੀਆਂ ਕੱਬੀਆਂ ਸੀਗੀਆਂ ਰਮਣ, ਹਨਾ। ਇਹ ਵਾਲਾਂ ਵਾਸਤੇ ਬਹੁਤ ਵਧੀਆ ਨੇ, ਜਿਵੇਂ ਹੁਣ ਛੋਟੇ ਬੱਚੇ ਮਤਲਬ ਵੀ ਬਹੁਤ ਕਮੈਂਟ ਵੀ ਆਉਂਦੇ ਨੇ ਵੀ ਜਿਹੜੀ ਸਾਡੇ ਬੱਚੇ ਦੀ ਏਜ ਆ ਵੀ ਬਹੁਤ ਘੱਟ ਆ, ਵੀ ਵਾਲ ਵੀ ਹੁਣੀ ਚਿੱਟੇ ਆਉਣੇ ਸਟਾਰਟ ਹੋ ਗਏ, ਸੋ ਉਹਨਾਂ ਵਾਸਤੇ ਇਹ ਬਹੁਤ ਹੀ ਵਧੀਆ ਚੀਜ਼ ਆ ਜੀ। ਵਧੀਆ ਆ ਰਹੀ ਹੈ ਰਮਣ ਇਹਦੇ ਚੋਂ, ਵਧੀਆ ਆ ਰਹੀ ਹੈ ਜੀ। ਤੇ ਇਹਨੂੰ ਆਪਾਂ 5 ਮਿੰਟ ਲੋ ਫਲੇਮ ਤੇ ਪਕਾ ਲਾਂਗੇ ਜੀ, ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪੂਰੀ ਰਾਤ ਐਵੇਂ ਰੱਖ ਦਾਂਗੇ ਜੀ। ਠੀਕ ਹੈ। ਤੇ ਛੋਟੇ ਬੱਚੇ ਆ ਮਤਲਬ ਜੋ ਵੀ ਕੋਈ 30 ਸਾਲ ਤੋਂ ਉੱਪਰ ਆ ਜਾਂ ਹੇਠਾਂ ਗਾ ਜਿਹਦੇ ਵਾਈਟ ਮਤਲਬ ਚਿੱਟੇ ਵਾਲ ਆਏ ਹੋਏ ਨੇਗੇ ਉਹ ਇਹਨੂੰ ਹਫ਼ਤੇ ਵਿੱਚ 2 ਵਾਰ ਅਪਲਾਈ ਕਰਨਗੇ ਜੀ। ਤੇ ਪਹਿਲਾਂ ਆਪਾਂ ਇਹਨੂੰ 5 ਮਿੰਟ ਪਕਾ ਲਈ, ਤੇ ਉਸ ਤੋਂ ਬਾਅਦ ਦੱਸਦੇ ਹਾਂ ਸਾਰਾ ਕੁਛ ਵੀ ਆਪਾਂ ਇਹਨੂੰ ਕਿਵੇਂ ਸਟੋਰ ਕਰਕੇ ਰੱਖਣਾ, ਕਿਵੇਂ ਲਗਾਉਣਾ ਗਾ, ਤੇ ਉਸ ਤੋਂ ਬਾਅਦ ਆਪਾਂ ਕਿਸ ਚੀਜ਼ ਨਾਲ ਨਹਾ ਸਕਦੇ ਹਾਂ। ਠੀਕ ਹੈ। ਕਿਉਂਕਿ ਇਹਦੇ ਨਾਲ ਜਿਹੜੇ ਮਤਲਬ ਸਾਰੇ ਤੱਤ ਨੇਗੇ ਉਹਦੇ ਨਾਲ ਜਿਹੜੇ ਵਾਲ ਆਪਣੇ ਜਿਵੇਂ ਛੋਟੀ ਏਜ 'ਚ ਬਹੁਤ ਚਿੱਟੇ ਆ ਰਹੇ ਨੇਗੇ ਉਹਨਾਂ ਤੋਂ ਸਾਨੂੰ ਰਾਤ ਮਿਲਦੀ ਆ, ਮਤਲਬ ਹੌਲੀ ਹੌਲੀ ਕੰਟਰੋਲ ਹੋਣੇ ਮਤਲਬ ਸ਼ੁਰੂ ਹੋ ਜਾਂਦੇ ਨੇਗੇ, ਜਿਹੜੇ ਵਾਈਟ ਚਿੱਟੇ ਵਾਲ ਆ ਰਹੇ ਨੇਗੇ ਉਹ ਹੌਲੀ ਹੌਲੀ ਕਾਲੇ ਹੋਣੇ ਸਟਾਰਟ ਹੋ ਜਾਂਦੇ ਨੇ ਛੋਟੀ ਏਜ 'ਚ ਕਹਿ ਰਹੇ, ਜਿਹੜੇ 23 ਸਾਲ ਤੋਂ ਹੇਠਾਂ ਨੇ, ਜਿਹੜੀ ਉੱਪਰ ਨੇ ਉਹ ਵੀ ਲਗਾ ਸਕਦੇ ਨੇ ਸ਼ਾਇਦ ਕੋਈ ਮਤਲਬ ਥੋੜ੍ਹਾ ਮੋਟਾ ਫਰਕ ਪੈ ਜੇ, ਪਰ ਇਹ 30 ਸਾਲ ਤੋਂ ਹੇਠਾਂ ਹੀ ਅਸਰ ਜ਼ਿਆਦਾ ਕਰਦੀ ਹੈ ਜੀ। ਕਿਉਂਕਿ ਇਹ ਦੋਸਤੋ ਬਹੁਤ ਸਾਰੇ ਮਤਲਬ ਦੋਸਤਾਂ ਦੇ ਫੋਨ ਵੀ ਆਉਂਦੇ ਸੀ, ਕਮੈਂਟ ਵੀ ਆਉਂਦੇ ਸੀ। ਹਾਂਜੀ, ਇਹ ਤਾਂ ਹੈ ਨਹੀਂ ਜੀ ਵੀ ਮਤਲਬ ਆਪਣੀ ਏਜ ਹੋਈ ਪਈ 40-50 ਤੇ ਆਪਾਂ ਅਪਲਾਈ ਕਰਨ ਲੱਗ ਜੀ, ਆਪਾਂ ਕਹੀਏ ਵੀ ਇਹਦੇ ਨਾਲ ਤਾਂ ਸਾਨੂੰ ਕੋਈ ਫਾਇਦਾ ਹੀ ਨਹੀਂ ਹੋਇਆ, ਕਿਉਂਕਿ ਉਹ ਤਾਂ ਏਜ ਦੇ ਅਕੋਰਡਿੰਗ ਤਾਂ ਹੁਣ ਸਾਰਿਆਂ ਦੇ ਵਾਈਟ ਮਤਲਬ ਚਿੱਟੇ ਵਾਲ ਤਾਂ ਆਉਣੇ ਹੀ ਆਉਣੇ ਆ, ਪਰ ਜਿਨ੍ਹਾਂ ਦੀ ਛੋਟੀ ਏਜ 'ਚ ਆ ਰਹੇ ਨੇ ਜੀ ਚਿੱਟੇ ਉਹਨਾਂ 'ਤੇ ਇਹ ਕੰਟਰੋਲ ਕਰਦੀ ਹੈ ਜੜੀਆਂ ਬੂਟੀਆਂ, ਸੋ ਇਹਨੂੰ ਆਪਾਂ 5 ਮਿੰਟ ਪਕਾ ਲਾਂਗੇ, ਬਹੁਤ ਵਧੀਆ ਇਹਦਾ ਜਿਹੜਾ ਆਸਰ ਹੈ ਉਹ ਤੇਲ ਵਿੱਚ ਆ ਜੂਗਾ, ਅਤੇ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਸਟੋਰ ਕਰਕੇ ਰੱਖ ਲਾਂਗੇ ਲੋ ਫਲੇਮ 'ਤੇ। ਚੱਲੀ ਜਾਂਦਾ ਲੋ ਫਲੇਮ 'ਤੇ ਅਤੇ ਆਪਣਾ ਜਿਹੜਾ ਤੇਲ ਆ ਉਹ ਪੱਕੀ ਜਾਂਦਾ ਜੀ। ਹਾਂਜੀ, ਹੁਣ ਆਪਾਂ ਬਸ ਇਹਨੂੰ 5 ਮਿੰਟ ਪਕਾ ਲਈਏ ਜੀ। ਹਾਂਜੀ, 5 ਮਿੰਟ ਪਕਾ ਲਾਂਗੇ, ਅਤੇ ਉਸ ਤੋਂ ਬਾਅਦ ਦੱਸਦੇ ਹਾਂ ਜੀ ਅੱਗੇ ਕੀ ਕਰਨਾ। ਅਤੇ ਲਓ ਜੀ, 3-4 ਮਿੰਟ ਹੋ ਗਏ ਇਹਨੂੰ ਪੱਕਦੇ ਨੂੰ, ਲੋ ਫਲੇਮ 'ਤੇ ਰੱਖਿਆ ਸੀ ਪਹਿਲਾਂ ਆਪਾਂ ਗਰਮ ਕਰ ਲਿਆ ਸੀ ਥੋੜ੍ਹਾ ਝੱਗ ਜੀ ਇੰਨੀ ਬਣ ਗਈ ਸੀ ਕਿਵੇਂ। ਹਾਂਜੀ, ਇਹਦੇ ਵਿੱਚ ਜੜੀ ਬੂਟੀਆਂ ਪੱਕ ਰਹੀਆਂ ਨੇ ਕਿਉਂਕਿ ਇਹਦੇ ਵਿੱਚ ਜਿਹੜਾ ਸਰੋਂ ਦਾ ਤੇਲ ਆ ਜੀ ਪਿਓਰ ਆ ਉਹ ਤੇ ਝੱਗ ਬਣਨ ਲੱਗ ਰਹੀ ਹੈ ਇੰਨੀ, ਹਨਾ। ਹਾਂਜੀ, ਕੜੱਤਣ ਤਾਂ ਆ ਰਹੀ ਹੈ ਜੀ।
ਤੇ ਤੁਸੀਂ ਜੇ ਚਾਹੋ ਤਾਂ ਇਕੱਲਾ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਵੀ ਜੇਕਰ ਕੋਕੋਨਟ ਦਾ ਨਾ ਹੋਵੇ। ਪਰ ਐਵੇਂ ਨਹੀਂ ਜੀ, ਕਈ ਵਾਰ ਕਿਸੇ ਨੂੰ ਸਰੋਂ ਦੇ ਤੇਲ ਤੋਂ ਐਲਰਜੀ ਹੁੰਦੀ ਹੈ, ਸਰੋਂ ਦਾ ਤੇਲ ਨਹੀਂ ਸ਼ੂਟ ਕਰਦਾ, ਫਿਰ ਤੁਸੀਂ ਨਾਰੀਅਲ ਦਾ ਵੀ ਲੈ ਸਕਦੇ ਹੋ ਜੀ। ਠੀਕ ਹੈ ਜੀ, ਦੋਨਾਂ 'ਚੋਂ ਆਪਾਂ ਅਲੱਗ ਅਲੱਗ ਕੋਈ ਵੀ ਲੈ ਸਕਦੇ ਹਾਂ। ਹਾਂਜੀ, ਅਤੇ ਹੁਣ ਆਪਾਂ ਗੈਸ ਬੰਦ ਕਰ ਦਿੰਦੇ ਜੀ, 5 ਕੁ ਮਿੰਟ ਹੀ ਪਕਾਉਣਾ ਇਹਨੂੰ। ਤਿਆਹ ਦੇਖੋ, ਇਹ ਜੜੀ ਬੂਟੀਆਂ ਵਧੀਆ ਇਹਦੇ 'ਚ ਚੰਗੀ ਤਰ੍ਹਾਂ ਡੁੱਬ ਚੁੱਕੀਆਂ ਨੇ, ਵਧੀਆ ਇਹਨਾਂ ਦਾ ਅਸਰ ਨਿਕਲ ਗਿਆ। ਠੀਕ ਹੈ, ਅਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਪੂਰੀ ਰਾਤ ਐਵੇਂ ਰੱਖ ਕੇ, ਅਤੇ ਇਹਨੂੰ ਤੁਸੀਂ ਚਾਹੇ ਨਾ ਹੀ ਭੁਣਿਓ, ਐਵੇਂ ਕੰਟੇਨਰ 'ਚ ਸਟੋਰ ਕਰ ਲਿਓ, ਅਤੇ ਜਦੋਂ ਲਾਉਣਾ ਉਦੋਂ ਚਾਹੇ ਤੁਸੀਂ ਇਹਨੂੰ ਭੁਣ ਕੇ ਲਾ ਲਓ। ਮਤਲਬ ਜਿਹੜਾ ਜੜੀਆਂ ਬੂਟੀਆਂ ਦਾ ਅਸਰ ਆ ਉਹ ਵਧੀਆ ਨਿਕਲੀ ਜਾਵੇ। ਇੱਕ ਵਾਰ ਅਸੀਂ ਬਣਾਇਆ ਸੀ ਜੀ ਬ੍ਰਿੰਗਰਾਜ ਤੋਂ ਤੇਲ, ਮਤਲਬ ਉਹਨੂੰ ਉਵੇਂ ਦੇ ਉਵੇਂ ਵਿੱਚ ਹੀ ਰੱਖਿਆ ਸੀਗਾ ਤੇਲ 'ਚ ਪਾ ਕੇ, ਅਤੇ ਬਹੁਤ ਵਧੀਆ ਰਿਜ਼ਲਟ ਮਿਲੇ ਸੀਗੇ। ਮਤਲਬ ਜੇਕਰ ਆਪਾਂ ਕੋਈ ਵੀ ਜੜੀ ਬੂਟੀਆਂ ਤੋਂ ਤੇਲ ਬਣਾਉਂਦੇ ਤਾਂ ਉਹਦਾ ਅਸਰ ਆਪਾਂ ਨੂੰ ਜ਼ਰੂਰ ਮਿਲਦਾ ਜੀ, ਕਿਉਂਕਿ ਇਹ ਕੁਦਰਤੀ ਚੀਜ਼ਾਂ ਨੇ, ਅਤੇ ਆਪਣੇ ਵਾਲਾਂ ਵਾਸਤੇ ਇਹਨਾਂ ਦਾ ਜਿਹੜਾ ਅਸਰ ਉਹ ਬਹੁਤ ਹੀ ਜ਼ਿਆਦਾ ਮਤਲਬ ਵਧੀਆ ਮਿਲਦਾ ਜੇਕਰ ਆਪਾਂ ਪ੍ਰੋਪਰ ਇਹਨੂੰ ਵਧੀਆ ਬਣਾ ਕੇ ਰੱਖਦੇ ਹਾਂ ਜੀ। ਅਤੇ ਆਹ ਦੇਖੋ ਜੀ, ਜਿਹੜਾ ਤੇਲ ਆ ਉਹ ਆਪਣਾ ਥੋੜ੍ਹਾ ਜਿਹਾ ਕਲਰ ਜਿਹਾ ਵੀ ਚੇਂਜ ਹੋ ਗਿਆ, ਥੋੜ੍ਹਾ ਜਿਹਾ ਕਾਲਸ ਜਿਹੀ 'ਚ ਹੋ ਗਿਆ। ਅਤੇ ਇਹਨੂੰ ਆਪਾਂ ਜਦੋਂ ਸਟੋਰ ਕਰਕੇ ਰੱਖ ਲਈ, ਕੱਚ ਦੀ ਸੀਸੀ 'ਚ ਸਟੋਰ ਕਰਕੇ ਰੱਖੋ ਤਾਂ ਬਹੁਤ ਚੰਗੀ ਗੱਲ ਹੈ, ਨਹੀਂ ਕਿਸੇ ਵੀ ਤੁਸੀਂ ਕੰਟੇਨਰ 'ਚ ਇਹਨੂੰ ਪਾ ਸਕਦੇ ਹੋ ਸਣੇ ਜੜੀ ਬੂਟੀ ਹੋ। ਅਤੇ ਜੇਕਰ ਤੁਸੀਂ ਇਹਨੂੰ ਕੱਢਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਪੁਣ ਕੇ ਕੱਢ ਵੀ ਸਕਦੇ ਹੋ, ਦੁਬਾਰਾ ਵੀ ਇਹ ਤੋਂ ਤਿਆਰ ਕਰ ਸਕਦੇ ਹੋ। ਮਤਲਬ ਵੀ ਇਹਨਾਂ ਵਿੱਚ ਅਸਰ ਤਾਂ ਹੁੰਦਾ ਹੀ ਹੈਗਾ, ਦੁਬਾਰਾ ਵੀ ਇਹਨੂੰ ਤੁਸੀਂ ਜੜੀ ਬੂਟੀ ਨੂੰ ਸੰਭਾਲ ਕੇ ਰੱਖ ਸਕਦੇ ਹੋ, ਅਤੇ ਦੁਬਾਰਾ ਵੀ ਇਹਨੂੰ ਜਿਹੜਾ ਤੇਲ ਆ ਉਹ ਤਿਆਰ ਕਰ ਸਕਦੇ ਹੋ ਜੀ। ਤੇਲ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ, ਕੋਈ ਐਵੇਂ ਨਹੀਂ ਹੈਗਾ ਵੀ ਜੇ ਮੈਂ 200 ਗ੍ਰਾਮ ਦੱਸਿਆ ਤਾਂ ਤੁਸੀਂ 200 ਗ੍ਰਾਮ ਹੀ ਪਾਉਣਾ, ਵੱਧ ਘੱਟ ਵੀ ਤੁਸੀਂ ਲੈ ਸਕਦੇ ਹੋ ਜੀ। ਅਤੇ ਇਹਨੂੰ ਆਪਾਂ ਜਦੋਂ ਵੀ ਲਗਾਉਣਾ ਗਾ, ਜਿਵੇਂ ਆਪਾਂ ਰਾਤ ਨੂੰ ਲਗਾ ਲਿਆ ਚੰਗੀ ਤਰ੍ਹਾਂ ਝੱਸ ਲੈਣਾ ਵਾਲਾਂ 'ਚ, ਅਤੇ ਸਵੇਰੇ ਕਿਸੇ ਵੀ ਨੋਰਮਲ ਮਤਲਬ ਹਾਰਮਫੁੱਲ ਜ਼ਿਆਦਾ ਕੈਮੀਕਲ ਵਾਲਾ ਸ਼ੈਂਪੂ ਨਾ ਹੋਵੇ, ਨੋਰਮਲ ਜੇ ਸ਼ੈਂਪੂ ਨਾਲ ਆਪਾਂ ਵਾਲ ਧੋ ਲੈਣੇ ਨੇ, ਅਤੇ ਇਹਦੇ ਨਾਲ ਜਿਹੜੇ ਵਾਲ ਆ ਉਹ ਹੌਲੀ ਹੌਲੀ ਕਾਲੇ ਹੋਣੇ ਸਟਾਰਟ ਹੋ ਜਾਂਦੇ ਨੇ। ਇਹ ਆਪਾਂ ਹਫ਼ਤੇ ਵਿੱਚ ਸਿਰਫ 2 ਦਿਨ ਹੀ ਵਰਤਣਾ ਗਾ, 2 ਜਾਂ 3 ਵਾਰ ਵਰਤ ਸਕਦੇ, ਅਤੇ ਉਸ ਤੋਂ ਬਾਅਦ ਆਪਾਂ ਵਾਲਾਂ ਨੂੰ ਜ਼ਰੂਰ ਧੋਣਾ ਗਾ, ਅਤੇ ਹੌਲੀ ਹੌਲੀ ਜਿਹੜੇ ਆਪਣੇ ਵਾਲ ਉਹ ਕਾਲੇ ਹੋਣੇ ਵੀ ਸਟਾਰਟ ਹੋ ਜਾਣਗੇ, ਵਧਣੇ ਵੀ ਸਟਾਰਟ ਹੋ ਜਾਣਗੇ। ਅਤੇ ਜੋ ਵੀ ਵਾਲ ਜਿਵੇਂ 2 ਮੂਹੇ ਨੇ ਜਾਂ ਟੁੱਟਦੇ ਬਹੁਤ ਜ਼ਿਆਦਾ ਨੇ ਜਾਂ ਗੰਜਾ ਪਾਣਾ, ਉਹ ਤੋਂ ਵੀ ਸਾਨੂੰ ਰਾਤ ਮਿਲਦੀ ਹੈ ਜੀ। ਸੋ ਬਹੁਤ ਵਧੀਆ ਤੇਲ ਹੈ ਜੀ, ਜ਼ਰੂਰ ਜ਼ਮਾ ਕੇ ਅਤੇ ਅਪਣਾ ਕੇ ਦੇਖਿਓ, ਬਣਾ ਕੇ ਅਤੇ ਲਗਾ ਕੇ ਜ਼ਰੂਰ ਦੇਖਣਾ, ਬਹੁਤ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ। ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ, ਵੀਡੀਓ ਦੇਖਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।